हेलो सत श्री अकाल जी, अज अं आए हैं तपोवन ढक्की साहब। ये पैंदा जी लुधियाने के लागे दुराहा रोड पर। इतने नेचर नूं पूरा संभाल के रखा हुआ, सारे तुहानूं छोटे छोटे जानवर मोर कां कबूतर घुगियां मझां घोड़े बाबिआं ने बड़ा कुछ रखा वा, सारा नैचुरल बनाईआं। वेखो कुटिया हर थान ते अनैचुरल लेक है एक तुहाडे सामने, इहदे च वी बहुत सारे पशु पंछी आ। उह वेखो वो भी वक्री जी बगले अपन कभी देखे नहीं उसे। लो जी असी पहुंच गए हैं जी गुरुद्वारा ढक्की साहिब। गुरुद्वारा हजे अगे है भी, ये बोर्ड ही लगा है भी। In 500 meters, the destination is on your left, Tapoban Ghaki Sahib. ਇਹ ਜਿਹੜਾ ਗੁਰਦੁਆਰਾ ਹੈ ਇਹ ਜੰਗਲ 'ਚ ਬਣਿਆ ਹੈ ਗੁਰਦੁਆਰਾ, ਅਤੇ ਇੱਥੇ ਬੜੇ ਜ਼ਿਆਦਾ ਜਾਨਵਰ ਵੀ ਆ ਵੀ। ਆਪਾਂ ਵੀ ਵੀਡੀਓ ਵੇਖੀ ਸੀ ਫੇਸਬੁੱਕ 'ਤੇ ਮੰਮੀ ਨੇ, ਅਤੇ ਮੰਮੀ ਜੇ ਦਗਰੀ ਜਾਂਦੇ ਵੀ ਮੈਂ ਜਾਣਾ ਸ਼ਾਰਾ ਬੱਚਿਆਂ ਨੂੰ, ਅਤੇ ਉਹ ਆਪਾਂ ਫਿਰ ਹੁਣ ਆਏ ਹਾਂ ਵੀ ਮੱਥਾ ਟੇਕਣ। ਡੈਡੀ ਕਿਸੇ ਨੂੰ ਪੁੱਛ ਗਏ ਸੀ ਗੁਰਦੁਆਰਾ ਬਹੁਤ ਸੋਹਣਾ ਹੈ ਵੀ, ਜੰਗਲ ਪੂਰਾ ਬਣਿਆ ਆ ਵੇਖੋ। मोर मोरनिया और भी खोने तुम जानवर अगे जाके उतर गए ना, शेर नहीं है जंगल पूरा बनया। बाकी ये है भी थोड़ी इतने पाबंदी आ, बाबे वीडियो नहीं बना देंगे। जिन्नी क साडे को बनी उन्नी क बनाई, उन्नी क बना लांगे आपा ते तुहानू दिखावांगे। बहुत सोहनी बनाई है बाबिआं ने, आप ही बनाई है, पूरा नेचुरल दिखाया हुआ इत्थे। ए लुधियाने दे लागे पैंदा है, 35 किलोमीटर दूर लुधियाने तो, दुराहा रोड ते। देख सकते हो तुसीं कुदरत दा नज़ारा, नैचुरली पौधे उगे आ इत्थे, आ मझां बाबिआं दीआं गावां आ, इधर उठिया और दे विच हाथी आ, हिरन नहीं कितने दिखाई दिते, आ बैल आ, बैल गड्डियां भी हैगियां गुरुद्वारा साहब लागे। ज्यादा फिर वीडियो नहीं ना बना देंगे, हाँ। इधर हूँ कोई हैगा नहीं, फिर आपां बना ली थोड़ी। हाँ। घोड़े भी है गे, हाँ घोड़े भी इस्तेमाल से है। आहो पानी डाउना नहीं उन्होंने पशुओं को पानी पिलाने वास्ते, नहीं जाते इतने तो ऊठा आठा वड़ देने अंदर। इन्होंने वाल भी किन्ने लथे जे, अच्छा कटिंग की थी इन्होंने। और बड़ा कलर रंग कर लाया जी लाल अंदर के
ਇਹਦੇ ਨਾਲ ਚਿੜੀਆਂ ਚਿੜੀਆਂ ਜਾਣ ਹਾਥੀ ਵੀ ਜ਼ਿਆਦਾ ਇਹਦੇ ਅੰਦਰ ਆ ਮੀਂਹ ਕਰਕੇ ਕਹਿੰਦੇ ਕੱਢਿਆ ਨੀ ਇਹਨੂੰ ਬਾਹਰ ਧਿਆਨ ਨਾਲ ਮੁਗੋਲੇ ਥਾਣੇ ਵੇਖ ਲਓ ਮੁਗੋਲੇ ਚ ਵੇਖ ਲਓ ਆ ਉਠਿਆ ਇੱਧਰ ਮਜ਼ਾ ਆਇਆ ਇੱਥੇ ਜਿਹੜੀ ਮੈਂ ਇੱਕ ਮੇਨ ਚੀਜ਼ ਨੋਟ ਕੀਤੀ ਆ ਕਿ ਜਿੰਨੇ ਵੀ ਇਹਨਾਂ ਨੇ ਘਰ ਬਣਾਏ ਆ ਪੁਰਾਣੀਆਂ ਛੱਤਾਂ ਉਹਨਾਂ ਨੂੰ ਪਾਈਆਂ ਵਾ ਕਾਨਿਆਂ ਦੀਆਂ ਪਰਾਲੀ ਦੀਆਂ ਕਿਤੇ ਕਿਤੇ ਫਾਈਬਰ ਲਾਈ ਆ ਜਿੱਥੇ ਜ਼ਰੂਰਤ ਆ ਪਰ ਮੋਸਟਲੀ ਇਹ ਘਰ ਇੱਥੇ ਜਿਹੜੇ ਆ ਉਹਨਾਂ ਨੇ ਪ੍ਰੋਪਰ ਬਣਾਏ ਆ ਪੁਰਾਣੇ ਰਿਵਾਜ ਦੇ ਇਹ ਗਰਮੀਆਂ 'ਚ ਠੰਡੇ ਰਹਿੰਦੇ ਆ ਸਿਆਲ 'ਚ ਗਰਮ ਰਹਿੰਦੇ ਆ ਜਾਨਵਰਾਂ ਨੂੰ ਵੀ ਬਹੁਤ ਵਧੀਆ ਲੱਗਦਾ ਫਿਰ ਆ ਉਸ ਤੋਂ ਗੱਡਾ ਅਤੇ ਜੇ ਦਰਸ਼ਨ ਕਰਨੇ ਆ ਤਾਂ ਫਿਰ ਤੁਹਾਨੂੰ ਵੀਰਵਾਰ ਜਾਂ ਐਤਵਾਰ ਆਇਆ ਕਰੋ ਕਿਉਂਕਿ ਬਾਬਾ ਜੀ ਉੱਧਰ ਹੀ ਮਿਲਦੇ ਆ ਗੱਡਾ ਵੇਖੋ ਕਿੰਨਾ ਸੋਹਣਾ ਮੋਰਾਂ ਦੀ ਆਵਾਜ਼ ਜਦੋਂ ਦੀ ਅਸੀਂ ਆਏ ਆ ਨਾ ਉਦੋਂ ਦੀ ਕੰਨਾਂ 'ਚ ਪੈਣ ਡਈ ਆ ਮੋਰ ਬਹੁਤ ਆ ਉੱਥੇ ਅੰਬੈਸਟਰ ਕਾਰ ਵੀ ਹੈਗੀ ਆ ਇਹ ਆ ਜੀ ਇੱਕ ਇੱਥੇ ਪੁਰਾਤਨ ਘਰ ਆ ਜਿਹਦੇ 'ਚ ਸਾਰਾ ਓਲਡ ਕਲਚਰ ਆ ਪਰ ਅੱਜ ਇਹ ਬੰਦ ਆ ਦਰਵਾਜ਼ਾ ਇਹ 'ਚ ਆਪਣਾ ਪੰਜਾਬੀ ਕਲਚਰ ਹਰ ਚੀਜ਼ ਇੱਥੇ ਪਈ ਆ ਹਲ ਜਿਹੜਾ ਜਿਹਦੇ ਨਾਲ ਵੱਟਾਂ ਪਾਈ ਦੀਆਂ ਕੀ ਕਹਿੰਦੇ ਸੀ ਡੈਡੀ ਇਹਨੂੰ ਆ ਖੰਡ ਵਾਲੀ ਮਸ਼ੀਨ ਇਹ ਖੂਹ ਦੀਆਂ ਟੰਡਾਂ ਆ ਤੇ ਹੋਰ ਵੀ ਆ ਇਹ ਖੰਡ ਵਾਲੀ ਮਸ਼ੀਨ ਆ ਆ ਟਾਇਰ ਆ ਕੜਾਹੀ ਵੱਡੇ ਵੱਡੇ ਵੇਲਣੇ ਟੋਕਾ ਕਿਸ਼ਤੀ ਸਾਰਾ ਕੁਛ ਹੈਗਾ ਆ ਘੋੜਿਆਂ ਦਾ ਅਸਤਬਲ ਆ ਅੰਦਰ ਵੀ ਘੋੜੇ ਇੱਧਰ ਆ ਮਤਲਬ ਇੱਕ ਪੂਰਾ ਮਤਲਬ ਵੇਚਣ ਵਾਲੀ ਚੀਜ਼ ਆ ਮਗਰਮੱਛ ਵੀ ਹੈਗਾ ਜੋ ਹੈਗਾ ਸੀ ਕੁਛ ਹੁਣ ਪਤਾ ਨੀ ਕੀ ਆ ਵੇਖੋ ਮਕਸੂਦ
ਹੈਗਾ ਦੋਨੋਂ।